ਜਿਹੜੀਆਂ 31 ਜੁਲਾਈ ਤੋਂ ਬਾਅਦ ਬਣੀਆਂ ਉਹਨਾਂ ਨੂੰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਦਿੱਤੀ ਜਾਊਗੀ, ਕੋਈ ਰਿਲੈਕਸੇਸ਼ਨ ਨਹੀਂ ਹੈਗੀ। ਔਰ ਨਾਲ ਹੀ ਇਹ ਕਰਤਾ ਵੀ ਜਿਹੜਾ ਬੰਦਾ ਅਨਆਥੋਰਾਈਜ਼ ਕਲੋਨੀ ਬਣਾਊਗਾ ਉਹਨਾਂ ਨੂੰ 25 ਲੱਖ ਤੋਂ ਲੈ ਕੇ 5 ਕਰੋੜ ਤੱਕ ਦਾ ਜੁਰਮਾਨਾ। ਪ੍ਰੋਪਰ ਐਕਟ ਦੀ ਧਾਰਾ 20 ਦੇ ਵਿੱਚ ਅੱਜ ਸੋਧ ਕੀਤੀ ਗਈ ਹੈ, ਉਹਦੇ ਨਾਲ ਜਿਹੜੀਆਂ ਅਨਆਥੋਰਾਈਜ਼ ਕਲੋਨੀਆਂ ਜਿਹੜੀਆਂ ਕੱਟਣ ਦਾ ਕੰਮ ਆ ਉਹ ਲਗਭਗ ਆ ਜਿਹੜਾ ਉਹ ਖਤਮ ਹੋ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਉਹ ਵੀ ਅਥੋਰਾਈਜ਼ ਕੰਮ ਸ਼ੁਰੂ ਕਰਨ, 10 ਏਕੜ ਦੀ ਜਗ੍ਹਾ 5 ਏਕੜ 'ਚ ਕਰਨ, 5 ਏਕੜ ਦੀ ਜਗ੍ਹਾ 2 ਏਕੜ 'ਚ ਕਰਨ, ਅਥੋਰਾਈਜ਼ ਕਰਨ ਅਤੇ ਲੋਕਾਂ ਨੂੰ ਵੀ ਹੈਰਾਨ ਨਾ ਕਰਨ, ਆਪ ਵੀ ਸੁੱਖ ਦੀ ਨੀਂਦ ਸੌਣ। ਅਤੇ ਜੋ ਪ੍ਰੋਫਿਟ ਅਥੋਰਾਈਜ਼ ਕਲੋਨੀ 'ਚ ਹੁੰਦਾ ਹੈ ਉਹ ਅਨਆਥੋਰਾਈਜ਼ ਕਲੋਨੀ ਵਿੱਚ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ। ਪੰਜਾਬ ਦੇ ਵਿੱਚ ਇਲੀਗਲ ਕਾਲੋਨੀਜ਼ ਹੁਣ ਲੀਗਲ ਹੋਣ ਜਾ ਰਹੀਆਂ ਨੇ। ਅੱਜ ਵਿਧਾਨ ਸਭਾ ਦੇ ਵਿੱਚ ਇੱਕ ਜਿਹੜਾ ਬਿੱਲ ਪਾਸ ਕਰ ਦਿੱਤਾ ਗਿਆ ਜਿਹੜੀਆਂ ਕਿ ਇਲੀਗਲ ਕਾਲੋਨੀਜ਼ ਕੱਟੀਆਂ ਗਈਆਂ ਸੀਗੀਆਂ ਹੁਣ 500 ਗਜ਼ ਤੱਕ ਦੀਆਂ ਕਾਲੋਨੀਜ਼ ਜਿਹੜੀਆਂ ਉਹ ਲੀਗਲ ਹੋ ਜਾਣਗੀਆਂ। ਮੋਹਾਲੀ ਦੇ ਵਿੱਚ ਵਿਧਾਇਕ ਨੇ, ਖਾਸ ਕਰਕੇ ਗੱਲ ਕਰੀਏ ਤਾਂ ਕੁਲਵੰਤ ਹੋਣਾ ਦੀ, ਅਤੇ ਉਹਨੇ ਅਤੇ ਉਹਨਾਂ ਦੀ ਸਭ ਤੋਂ ਵੱਡੀ ਕਾਲੋਨੀ ਹੈਗੀ ਹੈ, ਬਹੁਤ ਪੁਰਾਣੀ ਕਾਲੋਨੀ ਹੈਗੀ ਹੈ, ਕੋਲੋਨਾਈਜ਼ਰ ਵਧੀਆ ਨੇ, ਪਰ ਅੱਜ ਉਹਨਾਂ ਦੀ ਸ਼ਲਾਘਾ ਵੀ ਹੋਈ ਹੈ ਵਿਧਾਨ ਸਭਾ ਦੇ ਵਿੱਚ। ਤੁਹਾਨੂੰ ਤਾਂ ਇਸ ਦੇ ਬਾਰੇ ਜ਼ਿਆਦਾ ਪਤਾ ਹੈ ਸਰ, ਜਿਸ ਤਰੀਕੇ ਦੇ ਨਾਲ ਕਲੋਨੀਆਂ ਕੱਟੀਆਂ ਜਾਂਦੀਆਂ, ਕੋਲੋਨਾਈਜ਼ਰ ਸਭ ਤੋਂ ਵੱਡੇ ਕੋਲੋਨਾਈਜ਼ਰ ਹੋ ਤੁਸੀਂ, ਔਰ ਦੂਰ ਦੂਰ ਤੱਕ ਦੇਖ ਕੇ ਆਉਂਦੀਆਂ ਤੁਹਾਡੀਆਂ ਅਸੀਂ ਕੋਲੋਨੀਜ਼, ਅਤੇ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਹੁਣ ਜਿਹੜਾ ਅੱਜ ਬਿੱਲ ਲੈ ਕੇ ਆਏ ਨੇ ਉਹਦੇ ਕੀ ਮਾਇਨੇ ਨੇ ਬੇਸਿਕਲੀ? ਕਿਉਂਕਿ ਇਲੀਗਲ ਜਿਹੜੀਆਂ ਕਾਲੋਨੀਆਂ ਸੀ ਉਹਨਾਂ ਨੂੰ ਕਈ ਵਾਰੀ ਕੋਈ ਧੱਕਾ ਕਲੋਨੀ, ਕੋਈ ਫਲਾਣਾ ਕਲੋਨੀ, ਕੋਈ ਟਮਕਾਣਾ ਕਲੋਨੀ, ਕਈ ਨਾਮਾਂ ਦੇ ਨਾਲ ਸੰਜੇ ਕਲੋਨੀ, ਕਿੱਦਾਂ ਕਿੱਦਾਂ ਦੇ ਨਾਮ ਤੁਹਾਨੂੰ ਤਾਂ ਪਤਾ ਹੀ ਹੈ, ਜ਼ਿਆਦਾ ਐਵੇਂ ਦੇ ਦਿੱਤੇ ਜਾਂਦੇ ਰਹੇ ਹੈ, ਅਤੇ ਲੋਕ ਉੱਥੇ ਔਖੇ ਭਾਰੇ ਹੀ ਹੁੰਦੇ ਸੀਗੇ ਕਿਉਂਕਿ ਰਜਿਸਟਰੀਆਂ ਨਹੀਂ ਸੀ ਹੁੰਦੀਆਂ। ਦੇਖੋ, ਪ੍ਰੋਪਰ ਐਕਟ ਦੀ ਧਾਰਾ 20 ਦੇ ਵਿੱਚ ਅੱਜ ਸੋਧ ਕੀਤੀ ਗਈ ਹੈ, ਉਹਦੇ ਨਾਲ ਜਿਹੜੀਆਂ ਅਨਆਥੋਰਾਈਜ਼ ਕਲੋਨੀਆਂ ਜਿਹੜੀਆਂ ਕੱਟਣ ਦਾ ਕੰਮ ਆ ਉਹ ਲਗਭਗ ਆ ਜਿਹੜਾ ਉਹ ਖਤਮ ਹੋ ਗਿਆ, ਕਿਉਂਕਿ ਉਹਦੇ ਵਿੱਚ ਇੱਕ ਡੈਡਲਾਈਨ ਵੀ ਫਿਕਸ ਕਰਤੀ 31 ਜੁਲਾਈ 2024 ਤੋਂ ਪਹਿਲਾਂ ਜਿਨ੍ਹਾਂ ਦਾ ਕੋਈ ਬਿਆਨਾ ਹੋਇਆ, ਕਿਸੇ ਕਿਸਮ ਦਾ ਐਗਰੀਮੈਂਟ ਹੋਇਆ ਰਜਿਸਟਰਡ, ਜਾਂ ਬੈਂਕ 'ਚੋਂ ਟ੍ਰਾਂਜੈਕਸ਼ਨ ਹੋਈ ਆ, ਔਰ ਨਾਲ ਕੋਈ ਪਾਵਰ ਆਫ ਅਟੋਰਨੀ ਹੋਈ ਹੋਈ ਆ, ਠੀਕ ਹੈ ਨਾ, ਜਾਂ ਕੋਈ ਅਲੋਟਮੈਂਟ ਲੈਟਰ ਆ, ਉਹਨਾਂ ਦੀਆਂ ਰਜਿਸਟਰੀਆਂ ਬਿਨਾਂ NOC 'ਤੇ ਹੋ ਜਾਣੀਆਂ ਨੇ। ਉਹ ਆਪਣੇ ਮਕਾਨ ਬਣਾਉਣ, ਉੱਥੇ ਰਹਿਣ, ਕਨੈਕਸ਼ਨ ਉਹਨੂੰ ਪਾਣੀ ਦਾ ਵੀ ਮਿਲੂਗਾ, ਉਹਨਾਂ ਨੂੰ ਬਿਜਲੀ ਦਾ ਵੀ ਮਿਲੂਗਾ, ਕੋਈ ਕਿਸੇ ਕਿਸਮ ਦੀ ਦਿੱਕਤ ਉਹਨਾਂ ਨੂੰ ਨਹੀਂ ਆਉਣੀ ਹੈ। ਲੇਕਿਨ ਜਿਹੜੀਆਂ 31 ਜੁਲਾਈ ਤੋਂ ਬਾਅਦ ਬਣੀਆਂ ਉਹਨਾਂ ਨੂੰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਦਿੱਤੀ ਜਾਊਗੀ, ਕੋਈ ਰਿਲੈਕਸੇਸ਼ਨ ਨਹੀਂ ਹੈਗੀ। ਔਰ ਨਾਲ ਹੀ ਇਹ ਕਰਤਾ ਵੀ ਜਿਹੜਾ ਬੰਦਾ ਅਨਆਥੋਰਾਈਜ਼ ਕਲੋਨੀ ਬਣਾਊਗਾ ਉਹਨਾਂ ਨੂੰ 25 ਲੱਖ ਤੋਂ ਲੈ ਕੇ 5 ਕਰੋੜ ਤੱਕ ਦਾ ਜੁਰਮਾਨਾ, ਔਰ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ। ਤੁਸੀਂ ਬਹੁਤ ਵੱਡੇ ਕੋਲੋਨਾਈਜ਼ਰ ਰਹੇ ਹੋ, ਅੱਜ ਤੁਹਾਡੀ ਪਿੱਠ ਵੀ ਥਪਥ ਪਾਈ ਹੈ, ਖਾਸ ਕਰਕੇ ਜੇ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ, ਔਰ ਕਾਫੀ ਤੁਹਾਡੇ ਨਾਲ ਇੱਕ ਹੋਰ ਚਾਹੇ ਓਪੋਜੀਸ਼ਨ ਦੇ ਵੀ ਸੀਗੇ ਉਹਨਾਂ ਦੀ ਵੀ ਥਪਥ ਪਾਈ ਗਈ ਹੈ, ਪਰ ਫਿਰ ਵੀ ਜੇ ਦੇਖਿਆ ਜਾਏ ਤਾਂ ਇਹ ਸਾਰਾ ਪ੍ਰੋਸੈਸ ਕਿੰਨਾ ਕੁ ਔਖਾ ਹੁੰਦਾ, ਕਿਉਂਕਿ ਇੱਕ ਪਾਸੇ ਤਾਂ ਇਸ ਤਰ੍ਹਾਂ ਬਣਾ ਦਿੱਤੀਆਂ ਗਈਆਂ ਕਿ ਕਾਲੋਨੀਆਂ ਕੱਟ ਕੇ ਛੱਡ ਦਿੱਤੀਆਂ ਗਈਆਂ, ਕੋਈ ਵਾਲੀ ਵਾਰਸ ਨਹੀਂ, ਤੁਹਾਡੀ ਜਿਹੜੀ ਉਹ ਕਮਿਟਮੈਂਟ ਹੋ ਜਾਂਦੀ ਹੈ ਜਿਹੜੇ ਕਿ ਆਰਥਰਾਈਜ਼ਡ ਕਾਲੋਨੀਜ਼ ਬਣਾਉਂਦੇ ਆ, ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਤੁਹਾਨੂੰ ਕਦੀ ਪਾਲਾ ਪਿਆ ਜਾਂ ਆਮਣਾ ਸਾਹਮਣਾ ਕਰਨਾ ਪਿਆ ਹੋ ਜੇ ਲੋਕਾਂ ਦੇ ਨਾਲ ਜਿਹੜੇ ਅਨਆਰਥਰਾਈਜ਼ ਕਾਲੋਨੀਜ਼ ਬਣਾਉਂਦੇ ਰਹੇ? ਦੇਖੋ, ਗੱਲ ਇਹ ਹੈ ਵੀ ਮਾੜੇ ਬੰਦੇ ਦਾ ਅਤੇ ਚੰਗੇ ਬੰਦੇ ਦਾ ਮੁਕਾਬਲਾ ਜਿੱਦਣ ਦੀ ਦੁਨੀਆ ਬਣੀ ਉੱਦਣ ਤੋਂ ਚੱਲਦਾ ਆ ਰਿਹਾ, ਦੁਨੀਆ 'ਚ ਮਾੜੇ ਵੀ ਰਹੇ ਨੇ ਚੰਗੇ ਵੀ ਰਹੇ ਨੇ, ਠੀਕ ਹੈ ਨਹੀਂ, ਸੋ ਅਸੀਂ ਮੁਕਾਬਲਾ ਕੀਤਾ ਉਹਨਾਂ ਦਾ ਅਤੇ ਅਸੀਂ ਕਾਮਯਾਬ ਵੀ ਰਹੇ, ਅਤੇ ਅੱਜ ਤੱਕ 20 ਸਾਲ ਦੇ ਵਿੱਚ ਅਨਆਥੋਰਾਈਜ਼ ਵਿੱਚ ਨਾਲੇ ਕਿੰਨੇ ਹੀ ਆਏ, ਕਿੰਨੇ ਹੀ ਚਲੇ ਗਏ, ਕਿੰਨੇ ਹੀ ਆਏ, ਕਿੰਨੇ ਚਲੇ ਗਏ, ਲੇਕਿਨ ਕਾਮਯਾਬ ਨਹੀਂ ਹੋ ਸਕੇ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ
ਵੀ ਉਹ ਵੀ ਅਥੋਰਾਜ ਕੰਮ ਸ਼ੁਰੂ ਕਰਨ, 10 ਏਕੜ ਜਗ੍ਹਾ 5 ਏਕੜ 'ਚ ਕਰਨ, 5 ਏਕੜ ਜਗ੍ਹਾ 2 ਏਕੜ 'ਚ ਕਰਨ, ਅਥੋਰਾਜ ਕਰਨ ਅਤੇ ਲੋਕਾਂ ਨੂੰ ਵੀ ਹੈਰਾਨ ਨਾ ਕਰਨ, ਆਪ ਵੀ ਸੁੱਖ ਦੀ ਨੀਂਦ ਸੌਣ, ਅਤੇ ਜੋ ਪ੍ਰੋਫਿਟ ਅਥੋਰਾਜ ਕਲੋਨੀ 'ਚ ਹੁੰਦਾ ਉਹ ਅਨਅਥੋਰਾਜ ਕਲੋਨੀ ਵਿੱਚ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ। ਅਤੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਆਪਾਂ ਅਥੋਰਾਜ ਕੰਮ ਕਰੀਏ ਤਾਂ ਕਿ ਕਿਸੇ ਕਿਸਮ ਦੀ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਪਣੇ ਆਪ ਨੂੰ ਵੀ ਪਰੇਸ਼ਾਨੀ ਦਾ। ਤੁਹਾਡੀ ਅਥੋਰਾਈਜ਼ ਕਲੋਨੀਜ਼ ਬਹੁਤ ਜ਼ਿਆਦਾ ਪ੍ਰੋਪਰ ਨੇ, ਕਿਉਂਕਿ ਉਹਦੇ ਵਿੱਚ ਦੇਖਿਆ ਜਾਏ ਤਾਂ ਗ੍ਰੀਨ ਬੈਟਰੀ ਬਹੁਤ ਸੋਹਣੀ ਹੈ, ਬਾਕੀ ਬਹੁਤ ਸੋਹਣੀਆਂ ਬਣੀਆਂ। ਨਹੀਂ ਮੇਰਾ ਕਹਿਣ ਦਾ ਮਤਲਬ ਵੀ ਜਿਹੜੀਆਂ ਨਹੀਂ ਹੁੰਦੀਆਂ ਉਹਨਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਵਿਚਾਰੇ ਨੇ ਲੋ ਇਨਕਮ ਵਾਲੇ ਲੋਕ ਨੇ ਜਿਹੜੇ ਕਿ ਐਵੇਂ ਇਲੀਗਲ ਜਾਂ ਅਨਔਥੋਰਾਈਜ਼ ਕਲੋਨੀਜ਼ ਦੇ ਵਿੱਚ ਰਹਿੰਦੇ, ਮਜਬੂਰੀਆਂ ਵੀ ਨੇ ਉਹਦੇ ਵਿੱਚ, ਅਤੇ ਤੁਸੀਂ ਉਸ ਨੂੰ ਕਿਵੇਂ ਕਹੋਗੇ, ਔਰਗਨਾਈਜ਼ ਕਿਵੇਂ ਹੋ ਸਕਦਾ ਸਾਰਾ ਕੁਝ? ਵੀ ਜਿਹੜਾ ਬੰਦਾ ਸਹੀ ਕੰਮ ਕਰੋ, ਕੋਈ ਜ਼ਰੂਰੀ ਨਹੀਂ ਵੀ ਆਪਾਂ 200 ਗਜ਼ 'ਚ ਰਹਿਣਾ ਆਪਾਂ 100 ਗਜ਼ 'ਚ ਰਹੀਏ, ਕੋਈ ਜ਼ਰੂਰੀ ਨਹੀਂ ਵੀ 100 ਗਜ਼ 'ਚ ਰਹਿਣਾ ਆਪਾਂ 50 ਗਜ਼ 'ਚ ਰਹੀਏ, ਪਰ ਰਹੀਏ ਉੱਥੇ ਜਿੱਥੇ ਕਿਆ ਕਹਿੰਦੇ ਆ ਵਧੀਆ ਜਗ੍ਹਾ ਹੋਵੇ। ਪਹਿਲਾਂ ਇੱਕ ਕਹਾਵਤ ਹੁੰਦੀ ਸੀ ਵੀ ਵਸਣਾ ਸ਼ਹਿਰ ਭਾਵੇਂ ਹੋਵੇ ਕਹਿਰ, ਉਹ ਮਤਲਬ ਇਹ ਸੀ ਵੀ ਸ਼ਹਿਰ ਉਦੋਂ ਬਹੁਤ ਖੂਬਸੂਰਤ ਹੁੰਦੇ ਸੀ, ਪਿੰਡਾਂ ਦੇ ਵਿੱਚ ਉਹਨਾਂ ਸਹੂਲਤਾਂ ਨਹੀਂ ਹੁੰਦੀਆਂ ਜਿੰਨੀਆਂ ਸ਼ਹਿਰਾਂ 'ਚ ਹੁੰਦੀਆਂ ਸੀ, ਲੇਕਿਨ ਮਤਲਬ ਭਾਵੇਂ ਉਹ ਕਹਿੰਦੇ ਸੀ ਵੀ ਕਹਿਰ ਵੀ ਹੋਵੇ ਪਰ ਸ਼ਹਿਰ 'ਚ ਜਾਣਾ, ਉਹ ਇਸ ਕਰਕੇ ਕਹਿੰਦੇ ਸੀ ਉਹਦਾ ਸਹੂਲਤਾਂ ਸੀ, ਇਸ ਕਰਕੇ ਵਸਣਾ ਉੱਥੇ ਜਿਹਦੇ ਸਹੂਲਤਾਂ ਹੋਵੇ। ਆਪਾਂ 50 ਗਜ਼ 'ਚ ਰਹਿੰਦੇ, 100 ਗਜ਼ 'ਚ ਰਹਿੰਦੇ, 200 ਗਜ਼ 'ਚ ਰਹਿੰਦੇ, ਉਹ ਮੈਟਰ ਨਹੀਂ ਕਰਦਾ। ਜਿਹੜੀ ਸੋਧ ਕਰ ਦਿੱਤਾ ਗਿਆ ਬਿੱਲ ਦੇ ਵਿੱਚ, ਉਹਦੇ ਨਾਲ ਕਿੰਨਾ ਕੁ ਲੋਕਾਂ ਨੂੰ ਵਾਕਈ ਫਾਇਦਾ ਹੋਣ ਵਾਲਾ, ਕਿਉਂਕਿ ਨਾ ਕਰਦੇ ਸਵਾਲ ਕਈ ਤਰ੍ਹਾਂ ਦੇ ਵਿਰੋਧੀ ਧਿਰਾਂ ਨੇ ਚੱਕੇ, ਕਈਆਂ ਨੇ ਕਿਹਾ ਜੀ ਜੇ 500 ਤੋਂ 50 ਵੀ ਜ਼ਿਆਦਾ ਹੋ ਜਾਏ, ਘੱਟ ਹੋ ਜਾਏ, ਇਹ ਹੋ ਜਾਏ, ਕਰਦਾ ਵੀ ਉਹਨਾਂ ਨੇ ਬਕਾਇਦਾ ਤੌਰ 'ਤੇ ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਬਿੱਲ ਸਰਵਸੰਮਤੀ ਨਾਲ ਪਾਸ ਹੋਏ ਨੇ। ਹਾਂਜੀ, ਇਹ ਸਾਡੇ ਨਾਲ ਸੀਗੇ ਕੁਲਵੰਤ ਸਿੰਘ ਜਿਹੜੇ ਕਿ ਮੋਹਾਲੀ ਦੇ MLA ਨੇ, ਕਲੋਨਾਈਜ਼ਰ ਨੇ ਬਹੁਤ ਵੱਡੇ, ਖਾਸ ਤੌਰ 'ਤੇ ਜੇ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ, ਅਤੇ ਉਹਨਾਂ ਨੇ ਆਪਣੀ ਗੱਲ ਰੱਖੀ, ਉਹਨਾਂ ਨੇ ਕਿ ਔਰਥਰਾਈਜ਼ਡ ਕਲੋਨੀਜ਼ ਜਿਹੜੀਆਂ ਨੇ ਉਹੀ ਹੋਣੀਆਂ ਚਾਹੀਦੀਆਂ, ਔਰ ਜਿਹੜਾ ਸੋਧ ਬਿੱਲ ਲੈ ਕੇ ਆਇਆ ਗਿਆ ਇਹ ਸਭ ਦੇ ਫਾਇਦੇ ਦੀ ਗੱਲ ਹੈਗੀ, ਔਰ ਖਾਸ ਕਰਕੇ ਉਹਨਾਂ ਨੇ ਇਹ ਗੱਲ ਰੱਖੀ ਹੈ ਕਿ ਜੇ ਛੋਟੇ ਕਲੋਨਾਈਜ਼ਰਸ ਵੀ ਨੇ ਜਾਂ ਛੋਟੀਆਂ ਕਲੋਨੀਆਂ ਕੱਟਣ ਵਾਲੇ ਵੀ ਨੇ, ਉਹ ਥੋੜ੍ਹੇ 'ਚ ਕੰਮ ਕਰ ਲੈਣ ਪਰ ਜਾਇਜ਼ ਕਰਨ, ਔਰਥਰਾਈਜ਼ ਕਰਨ ਪੂਰਾ। ਉਹਨਾਂ ਨੇ ਕਿਹਾ ਕਿ ਜਿਹੜਾ ਪਾਪਰਾ ਪਹਿਲੇ ਵਾਲਾ ਐਕਟ ਸੀਗਾ ਉਹਦੇ ਵਿੱਚ ਸੋਧ ਕੀਤੀ ਗਈ ਹੈ, ਔਰ ਡੈਫੀਨੇਟਲੀ ਆਮ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ, ਕਿਉਂਕਿ ਜਦੋਂ ਕਲੋਨੀਆਂ ਇਹੀ ਔਰਗਨਾਈਜ਼ਡ ਹੋ ਜਾਣਗੀਆਂ, ਔਰਥਰਾਈਜ਼ਡ ਹੋ ਜਾਣਗੀਆਂ, ਤਾਂ ਹਰ ਤਰ੍ਹਾਂ ਦੀ ਸਹੂਲਤ ਉਹਦੇ 'ਚ ਮਿਲੇਗੀ, ਚਾਹੇ ਉਹ ਬਿਜਲੀ ਦੀ ਹੈ, ਪਾਣੀ ਦੀ ਹੈ ਜਾਂ ਕਿਸ ਤਰੀਕੇ ਦੀ ਹੈ। ਇਹ ਮੁੱਦਾ ਅੱਜ ਖਾਸ ਤੌਰ 'ਤੇ ਵਿਧਾਨ ਸਭਾ ਦੇ ਵਿੱਚ ਬੜਾ ਮੁੱਖ ਰਿਹਾ, ਕਿਉਂਕਿ ਪਹਿਲੇ ਤੋਂ ਹੀ ਇਹ ਬਿਲਕੁਲ ਉਮੀਦ ਕੀਤੀ ਜਾ ਰਹੀ ਸੀਗੀ ਕਿ ਇਹ ਮੁੱਦਾ ਲੈ ਕੇ ਆਇਆ ਜਾਏਗਾ, ਔਰ ਅੱਜ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਖਾਸ ਤੌਰ 'ਤੇ ਮੁੱਖ ਮੰਤਰੀ ਨੇ ਆਪ ਪੇਸ਼ ਕੀਤਾ। ਵਿਰੋਧੀਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਗੱਲ ਜ਼ਰੂਰ ਰੱਖੀ, ਪਰ ਬਾਵਜੂਦ ਉਸਦੇ ਬਿੱਲ ਸਰਵਸੰਮਤੀ ਦੇ ਨਾਲ ਪਾਸ ਹੋ ਗਿਆ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।